हाँ जी, सत श्रीकाल गाइस, वाहिगुरु जी का खालसा ते वाहिगुरु जी की फतेह। ते आपां जा रहे हाँ जी गुरशब्द नूं लै के विआह, मेरे यार दोस्त की मैरिज आ, ते उत्ते जा रहे हाँ जी गुरशब्द सिंह वेखण गए विआह, ते नाले इन्हां दा बनावांगे छोटा जिहा विलो, क्यूटी जिहा। सत श्रीकाल बुलाओ पहलों, सत श्रीकाल बुलाओ, सत श्रीकाल, बाय कर दो। ते चाचू विआह जा रहे हैं ना तुसीं? अज विआह जा रहे हैं ना, चाचू जी, चाचू दे विआह जा रहे हैं, है ना? ते हुण तां हाँ जी गाइज, हुण अहीं जा रहे हाँ रस्ते दे विच, ते बस 5-10 मिंट दा रस्ता वा, ते अहीं पहुँच जाणा वा पैलस दे विच। हाँ जी, हुण अहीं पहुँच गए हाँ पैलस दे विच, ते गुरशब्द बैठा दादे दी गोदी च। वो गल है ना भी दादे पोते दी यारी है ना, वो सौंग भी हैगा यारी दादे पोते दी। वो गल दादे ना बहुता ही खुश रहिंदा। हाँ जी, हुण आपां जा रहे हैं अंदर एक सभ्याचार वीर। तो गुरशब्द अज की खाना मेरे पुत ने? खाना तो वैसे कुछ नहीं होंगे है ना, बस घूमना दादा। जे कोई बच्चा लभ गया तो उन्हें फाइट हो जूगी है ना, होर तो कुछ होना नहीं तेरा। हूँ आप सोने जे पुत ना फोटो खिंचा लगे हैं, इतने बह जा मेरे पुत, फोटो खिंचाइए, चल आ जा। ते ओ सामने कैमरे वाले मोबाइल वाले वेख मेरा पुत, ओए मोबाइल वाले, ओए ओ फोटो खिंचा लिए मेरा पुत, ओ वे कैमरे वाले वेख, चल चल देख गुरशब्द उधर देख। हुण साडा वीर ते भाबी गुरु साहिब दे गड़ी अग्गे लै के ते आ गया पैलस दे विच। हुण बैंड दे स्टेज दे उत्ते ਦਰਜਨ ਫਾਦਰ ਸਾਹਿਬ, ਸਵਰਗਵਾਸੀ ਸਰਦਾਰ ਇੰਦਰਜੀਤ ਸਿੰਘ ਜੀ, ਜੋ ਕਿ ਸਾਡੇ ਵਿੱਚ ਬੇਸ਼ੱਕ ਨਹੀਂ ਹੈ, ਮਗਰ ਆਪਾਂ ਜੀਵਨ ਦੇ ਹੁਣ ਸਾਹਮਣੇ ਲੱਗੀ ਹੈ ਪੀਂਗ ਦੇ, ਆਪਾਂ ਗੁਰਸ਼ਬਦ ਸਿੰਘ ਨੂੰ ਦੋ ਲੱਗੇ ਹੈ ਝੂਟੇ। ਚਲੋ ਗੁਰਸ਼ਬਦ ਜੀ ਲਈਏ ਝੂਟੇ ਆਪਾਂ, ਜਗ੍ਹਾ ਇਕੱਲਾ ਬਹਿ ਜਾਏਗਾ ਉੱਥੇ ਕਿ ਮੈਂ ਨਾਲ ਬਣਾਉਂ? ਔਰ ਸਵਾਗਤ ਹੈ ਸਭ ਤੋਂ ਪਹਿਲੇ ਸਮੇਲਨ ਕੋਲ ਸਵਾਗਤ ਹੈ ਜਨਰਲ ਸੈਕਟਰੀ ਦੀ ਸਮਾਨ ਸਵਾਗਤ ਹੈ ਜੀ। ਸੱਚੇ ਰੱਬ ਦੇ ਕਾਜ ਮਨ ਹੋ ਤੇ ਦਿਲੇ ਕਹਿੰਦੇ ਨੇ ਕਿ ਸੱਚੇ ਰੱਬ ਦੇ ਕਾਜ ਨੂੰ ਜਾਇਆ ਉਸਤਾਦ ਅੰਡਰ ਕਰਦਾ ਹੈ, ਇਹਨਾਂ ਨੂੰ ਇਕੱਲੇ ਨਹੀਂ ਬਣਾ, ਮੇਰੇ ਨਾਲ ਪਾਓ, ਇਹਨਾਂ ਨੂੰ ਕਿ ਦਵਾ ਰਹੇ ਹੈ, ਬੱਚੇ ਨਾ ਬੱਚੇ ਬਣਨਾ ਵੀ ਦਾ ਐਸੇ ਪਲ ਖੁਸ਼ੀਆਂ ਦੇ ਦਾਤਾ ਸਭ ਨੂੰ ਕਿਉਂ ਨਹੀਂ ਪਾਵੋ ਜੀ, ਐਸੇ ਪਲ ਖੁਸ਼ੀਆਂ ਦੇ ਦਾਤਾ ਸਭ ਨੂੰ ਕਿਉਂ ਨਹੀਂ ਪਾਵੋ। ਹੁਣ ਗੁਰਸ਼ਬਦ ਦੀ ਅੰਦਰ ਹੋ ਰਹੀ ਫਾਈਟ, ਇੱਕ ਫਰੈਂਡ ਨਾਲ ਉਹਦੇ ਕੋਲ ਬੈਲੂਨ ਸੀ, ਤੇ ਉਹਨਾਂ ਫਾਈਟ ਹੋ ਗਈ ਇਹਦੀ, ਤੇ ਫਿਰ ਇਹਨੂੰ ਹੁਣ ਲੈ ਕੇ ਦੇਣਾ ਪਿਆ ਵੀ ਬੱਚੇ ਨੂੰ ਨਾ ਲੜੇ ਤੇ ਆਪਣਾ ਹੀ ਲਵੇ। ਹਾਂਜੀ ਗੁਰਸ਼ਬਦ ਜੀ, ਆਪਣੇ ਤੋਂ ਵੱਡਾ ਤੋਂ ਹੀ ਬਗਾਨਾ ਲੈ ਲਿਆ ਵਾ, ਤੇ ਹੁਣ ਕਿੱਦਾਂ ਚੱਲੂਗਾ ਵਾ? ਛੋਟਾ ਲੈ ਲੈਣਾ ਮੇਰੇ ਪੁੱਤ ਨੇ ਥੋੜ੍ਹਾ ਜਿਹਾ, ਵੇਖੋ ਹੁਣ ਕਿੱਦਾਂ ਖੁਸ਼ ਆ, ਸਮਾਈਲਾਂ ਵੇ ਹੁਣ ਦਾਦੂ ਗੱਲ ਤੇ, ਹੈ ਨਾ? ਹੁਣ ਖੁਸ਼ ਆ, ਪੂਰਾ ਖੁਸ਼ ਆ ਹੁਣ। ਚਲੋ ਫਿਰ ਚੱਲੀਏ ਅੰਦਰ, ਫਿਰ ਖੇਡੀਓ ਫਰੈਂਡ ਨਾਲ ਜਾ ਕੇ, ਚੱਲ ਮੇਰਾ ਪੁੱਤ। ਹੁਣ ਦਾਦੂ ਨਾਲ ਫਿਰ ਵੇਰ ਗਿਆ ਵੀ ਮੇਰਾ ਭੰਗਾਨਾ ਤੁਸੀਂ ਕਿਉਂ ਲਿਆ, ਵੇਖ ਰੁਕ ਗਿਆ ਰਾਹ 'ਚ, ਲਓ ਜੀ ਜਾ। ਬੱਚਾ ਜਾਂਦਾ ਦਾਦੂ ਨਾਲ ਭਗਾਨਾ ਲੈ ਲਿਆ ਤੇ ਸਰਦਾਰ ਆਪਣਾ ਹੋ ਗਿਆ ਖੁਸ਼, ਤੇ ਦਾਦੂ ਨਾਲ ਬੜੀ ਯਾਰ ਯਾਰੀ ਰਲਦੀ ਉਹਨਾਂ ਨਾ। ਹੁਣ ਯਾਰ ਆਪਣੇ ਨਾਲ ਖੇਡ ਰਿਹਾ ਵਾ, ਤੇ ਖੇਡਦੇ ਖੇਡਦੇ ਹੁਣ ਇਹਨਾਂ ਨੇ ਫਾਈਟ ਕਰ ਲੈਣੀ ਆ, ਤੇ ਗੁਰਸ਼ਬਦ ਥੋੜਾ ਫਾਈਟ ਵਾਲਾ, ਸਾਡਾ ਕੰਮ ਜ਼ਿਆਦਾ ਫਾਈਟ ਦਾ, ਉਹ ਚਾਰਾ ਕੁਛ ਕਹਿ ਨਹੀਂ ਰਿਹਾ, ਤੇ ਹੁਣ ਮੇਰੇ ਕੋਲ ਖਾਊਗਾ ਇਹ ਥੋੜ੍ਹੇ ਜਿਹੇ ਦੋ ਥੱਪੜ। ਤੇ ਓਏ ਹੁਣ ਰੋ ਪਿਆ ਬਸ।
ਹਾਂਜੀ ਸਤਿ ਸ਼੍ਰੀ ਅਕਾਲ ਜੀ। ਫਾਈਨਲੀ ਅਸੀਂ ਵਿਆਹ ਵੇਖ ਆਏ ਹਾਂ ਅਤੇ ਗੁਰਸ਼ਬਦ ਸਿੰਘ ਨੇ ਆਣ ਕੇ ਕੱਪੜੇ ਬਦਲ ਲਏ, ਆਉਂਦਾ ਵੀ ਮੈਂ ਪਾਪਾ ਮੈਨੂੰ ਭੁੱਖ ਲੱਗੀ ਆ ਅਤੇ ਮੈਂ ਦੁੱਧ ਪੀਣਾ ਵਾ, ਮੈਨੂੰ ਨਹੀਂ ਪਤਾ ਜੋ ਮਰਜ਼ੀ ਕਰੋ। ਅਤੇ ਫਿਰ ਆਪਾਂ ਹੁਣ ਦੀ ਐਂਡ ਇੱਦਾਂ ਹੀ ਕਰਦੇ ਲੱਗੇ ਹਾਂ, ਸਰਦਾਰ ਹੁਣੇ ਦੁੱਧ ਪੀਣ ਡੇ। ਬਾਏ ਕਰ ਦਿਓ ਹੁਣ ਸਾਰਿਆਂ ਨੂੰ, ਬਾਏ ਕਰ ਦਿਓ। ਹਾਂ ਬਾਏ ਕਹਿ, ਭੁੱਖ ਬੜੀ ਲੱਗੀ ਆ ਅਤੇ ਬਾਏ ਬਾਏ ਹੋਣਾ ਸੀ, ਕਹਿ ਇਹਨਾਂ ਨੇ ਵੀ ਖਾ ਪੀ ਲਿਆ ਵਿਆਹ 'ਚ ਅਤੇ ਮੈਂ ਹੁਣ ਘਰ ਆਣ ਗਿਆ ਆਪਣੀ ਖੁਰਾਕ ਲੈਣੀ ਸੀ ਅਤੇ ਬਾਏ ਬਾਏ।